a South Asian Canadian channel. Why media de darshakan da swagat hai. Ground Zero Report ch main Vinay Sharma hazir haan te mere naal program ch shirkat karan gi senior journalist Inderjeet Singh Bakshi ji. Bakshi ji bahut bahut swagat. Vinay ji sat shikal, sare shrotiyan nu sat shikal ji. Sat shikal ji. Vadde haan agli khabar de kol. Yogi Adityanath, UP de mukh mantri, unna da ik ahem bayan aaya ki kisi bhi doshi nu bakshya nahi jayega, chahe oh mantri ya vidhayak da beta hi kyon na hoye, chahe oh vipaksh da hoye. ਤੇ ਨਾਲ ਹੀ ਜਿਹੜਾ ਸੁਪਰੀਮ ਕੋਰਟ ਨੇ ਯੂਪੀ ਦੀ ਸਰਕਾਰ ਦੀ ਜਿਹੜੀ ਸਟੇਟਸ ਰਿਪੋਰਟ ਯੂਪੀ ਸਰਕਾਰ ਵੱਲੋਂ ਫਾਈਲ ਕੀਤੀ ਗਈ ਸੀ ਉਹਦੇ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਆਸ਼ੀਸ਼ ਮਿਸ਼ਰਾ ਅਜੇ ਤੱਕ ਤਲਬ ਨਹੀਂ ਹੋਇਆ ਹਾਲਾਂਕਿ ਅਜੇ ਤੱਕ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਬਣਿਆ ਤੇ ਨਾਲ ਹੀ ਲਗਾਤਾਰ ਵਿਰੋਧੀ ਧਿਰ ਦੇ ਜਿੰਨੇ ਵੀ ਸਿਆਸਤਦਾਨ ਨੇ ਲੀਡਰਸ ਹੈਗੇ ਆ ਉਹ ਲਖੀਮਪੁਰ ਖੇੜੀ ਜਿਹੜੇ ਆ ਜਾ ਰਹੇ ਨੇ ਫੈਮਿਲੀਜ਼ ਜਿਹੜੀ ਕਿ ਇਸ ਕਤਲੇਆਮ 'ਚ ਜਿਨ੍ਹਾਂ ਨੇ ਆਪਣੇ ਫੈਮਿਲੀ ਮੈਂਬਰਸ ਨੂੰ ਗਵਾਇਆ ਉਹਨਾਂ ਨਾਲ ਜਿਹੜੀ ਹੈ ਉਹਨਾਂ ਦਾ ਦੁੱਖ ਸਾਂਝਾ ਕਰਦੇ ਪਏ ਨੇ ਅੱਜ ਅਸੀਂ ਵੇਖਿਆ ਕਿ ਜਿਵੇਂ ਕੱਲ੍ਹ ਨਵਜੋਤ ਸਿੰਘ ਸਿੱਧੂ ਬਾਕੀ ਵੱਡੇ ਲੀਡਰਸ ਕਵਾਇਦ ਕਰ ਰਹੇ ਸੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਕੁਝ ਮਿਲ ਕੇ ਵੀ ਆਏ ਨਾ ਅੱਜ ਬੀਬੀ ਜਗੀਰ ਕੌਰ ਐਸ ਜੀ ਪੀ ਸੀ ਪ੍ਰਧਾਨ ਹਰਸਿਮਰਤ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੀ ਲਖੀਮਪੁਰ ਖੇੜੀ ਉਹਨਾਂ ਪਰਿਵਾਰਾਂ ਨਾਲ ਮਿਲ ਕੇ ਆਏ ਨੇ ਅਤੇ ਨਾਲ ਹੀ ਗੱਲ ਕਰਾਂਗੇ ਕਸ਼ਮੀਰ 'ਚ ਹੋਈ ਤਸ਼ੱਦਦ ਦੀ ਇੱਕ ਮਹਿਲਾ ਪ੍ਰਿੰਸੀਪਲ ਨੂੰ ਅਤੇ ਦੋ ਟੀਚਰਸ ਨੂੰ ਜਿਹੜਾ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਸਕੂਲ ਦੇ ਅੰਦਰ ਉਹਨਾਂ ਦੇ ਉਹਨਾਂ ਕਤਲੇਆਮ ਕੀਤਾ ਗਿਆ ਸੀ ਮਹਿਲਾ ਸਿੱਖ ਕਮਿਊਨਿਟੀ ਮਾਇਨੋਰਟੀ ਕਮਿਊਨਿਟੀ ਸੀਗੀ ਸਵਾਲ ਵਾਰ ਵਾਰ ਉੱਠਦੇ ਆ ਕਿ ਇਹ ਮਾਇਨੋਰਟੀ ਕਮਿਊਨਿਟੀ ਦੇ ਉੱਤੇ ਜਿਹੜਾ ਤਸ਼ੱਦਦ ਹੋ ਰਿਹਾ ਜੰਮੂ ਕਸ਼ਮੀਰ 'ਚ ਉਹ ਕਦ ਉਹਦੇ ਉੱਤੇ ਵਿਰਾਮ ਚਿੰਨ੍ਹ ਲੱਗੇਗਾ ਅਤੇ ਨਾਲ ਹੀ ਪੰਜਾਬ ਦੀ ਗੱਲ ਕਰੀਏ ਰਾਜਕੁਮਾਰ ਵੇਰਕਾ ਦਾ ਇੱਕ ਅਹਿਮ ਬਿਆਨ ਆਇਆ ਕਿ ਸਕਾਲਰਸ਼ਿਪ ਸਕੈਮ 'ਚ ਚਾਹੇ ਜੋ ਵੀ ਇਨਵੋਲਵ ਹੋਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਕਿਤੇ ਨਾ ਕਿਤੇ ਇੰਡੀਕੇਟ ਉਹਨਾਂ ਦਾ ਇਸ਼ਾਰਾ ਇਹਦੇ ਉੱਤੇ ਹੈਗੇ ਉਹ ਵੀ ਅਸੀਂ ਗੱਲਬਾਤ ਕਰਾਂਗੇ ਇੰਦਰਜੀਤ ਜੀ ਕਿਵੇਂ ਦੇਖਦੇ ਹੋ ਯੋਗੀ ਆਦਿੱਤਿਆਨਾਥ ਜਿਹੜੇ ਹੈ ਉਹਨਾਂ ਨੇ ਫਾਈਨਲੀ ਚੁੱਪੀ ਤੋੜੀ ਹੈ ਕਿਉਂਕਿ ਇਹ ਹਾਦਸਾ ਸਾਰਾ ਲਖੀਮਪੁਰ ਖੇੜੀ ਯੂਪੀ ਦੇ ਅੰਦਰ ਵਾਪਰਿਆ ਸੀ ਅਤੇ ਹਰ ਕੋਈ ਚਾਹੁੰਦਾ ਸੀ ਕਿ ਯੂਪੀ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਉਹਨਾਂ ਦਾ ਕੀ ਰੁੱਖ ਹੈਗਾ ਕੀ ਰਵੱਈਆ ਹੈਗਾ ਕੀ ਇਹ ਸਟੇਟਮੈਂਟ ਤੁਹਾਨੂੰ ਸੈਟੀਸਫਾਈ ਲੱਗਦੀ ਹੈ ਜਾਂ ਨਹੀਂ ਜੀ ਵੀਰੇ ਜੀ ਪਹਿਲੀ ਗੱਲ ਤਾਂ ਲਗਭਗ ਇੱਕ ਹਫ਼ਤੇ ਤੇ ਬਾਅਦ ਮਤਲਬ 4 ਤੋਂ 5 ਦਿਨ ਤਾਂ ਹੋ ਹੀ ਗਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਆਦਿੱਤਿਆ ਯੋਗੀ ਨਾਥ ਦਾ ਜਿਹੜਾ ਬਿਆਨ ਹੁਣ ਸਾਹਮਣੇ ਆਇਆ ਮੈਂ ਤਾਂ ਇਹ ਕਹੂੰਗਾ ਕਿ ਆਦਿੱਤਿਆ ਯੋਗੀ ਨਾਥ ਉਹਨਾਂ ਨੂੰ ਇਹ ਆਪਣਾ ਇਹ ਬਿਆਨ ਜਿਹੜਾ ਸੀ ਸ਼ਾਇਦ ਅੱਜ ਤੋਂ ਪਹਿਲਾਂ ਥੋੜਾ ਜਿਹਾ ਜਲਦ ਦੇਣਾ ਚਾਹੀਦਾ ਸੀ ਜਿਸਦੇ ਨਾਲ ਵਿਰੋਧੀਆਂ ਨੂੰ ਵੀ ਸ਼ਾਇਦ ਭਾਜਪਾ ਦੇ ਉੱਤੇ ਕਿਤੇ ਨਾ ਕਿਤੇ ਹਮਲਾ ਕਰਨ ਦਾ ਕੋਈ ਸ਼ਾਇਦ ਮੌਕਾ ਨਾ ਮਿਲਦਾ ਇਹੀ ਕਾਰਨ ਹੈ ਕਿ ਅੱਜ ਆਪਾਂ ਵੇਖ ਪਾ ਰਹੇ ਹਾਂ ਕਿ ਜਿਸ ਤਰ੍ਹਾਂ ਅੱਜ ਮੁੱਖ ਮੰਤਰੀ ਜਿਹੜੇ ਉਹ ਆਪ ਨਿਕਲ ਕੇ ਆਏ ਨੇ ਬਾਹਰ ਅਤੇ ਉਹਨਾਂ ਨੇ ਪਾਰਟੀ ਨੂੰ ਜਿੱਥੇ ਡਿਫੈਂਸ ਕੀਤਾ ਉੱਥੇ ਹੀ ਸੂਬਾ ਸਰਕਾਰ ਨੂੰ ਜਿੱਥੇ ਡਿਫੈਂਸ ਉਹਨਾਂ ਨੇ ਕੀਤਾ ਉਸ ਤੋਂ ਸਾਫ਼ ਹੈ ਕਿ ਹੁਣ ਕਿਉਂਕਿ ਖਿਲਾਫਤ ਜਿਹੜੀ ਹੈਗੀ ਹੈ ਉਹ ਸੂਬਾ ਸਰਕਾਰ ਦੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਡੈਮੇਜ ਕੰਟਰੋਲ ਕਰਨਾ ਹੀ ਇੱਕ ਇੱਕ ਹੱਲ ਜਿਹੜਾ ਸੀ ਉਹ ਹੁਣ ਸੂਬਾ ਸਰਕਾਰ ਕੋਲ ਬੀਜੇਪੀ ਕੋਲ ਰਹਿ ਗਿਆ ਸੀ ਤੇ ਆਪਾਂ ਵੇਖ ਪਾ ਰਹੇ ਹਾਂ ਕਿ ਲਗਾਤਾਰ ਸਾਰੇ ਹੀ ਜਿਹੜੇ ਲੀਡਰ ਨੇ ਖਾਸ ਕਰਕੇ ਬੁਲਾਰੇ ਨੇ ਭਾਜਪਾ ਦੇ ਉਹ ਆਪਣੇ ਆਪਣੇ ਤੌਰ ਤੇ ਕੋਸ਼ਿਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਪੂਰੇ ਮਸਲੇ ਨੂੰ ਹੱਲ ਕਰੀਏ ਕਿਉਂਕਿ ਲਖੀਮਪੁਰ ਖੀਰੀ ਦਾ ਮਾਮਲਾ ਮੁੱਦਾ ਅੱਜ ਇਸ ਕਦਰ ਵੱਧ ਚੁੱਕਿਆ ਹੈ ਇਸ ਕਦਰ ਉਹਦੀ ਆਪਾਂ ਕਹੀਏ ਕਿ ਵਿਸ਼ਵ ਸਤਰ ਤੇ ਜਿਹੜੀ ਹੈਗੀ ਆ ਉਹ ਉਸ ਮਾਮਲਾ ਉੱਚ ਚੁੱਕਿਆ ਗਿਆ ਜਿਸ ਨਾਲ ਭਾਜਪਾ ਦਾ ਜਿਹੜਾ ਭਾਜਪਾ ਦਾ ਖਿਲਾਫਤ ਜਿਹੜੀ ਹੈ ਉਹ ਵਿਸ਼ਵ ਭਰ ਦੇ ਵਿੱਚ ਵੀ ਵੇਖਣ ਨੂੰ ਮਿਲੀ ਹੈ ਕਿਉਂਕਿ ਅਜੇ ਤੱਕ ਕੇਂਦਰੀ ਮੰਤਰੀ ਦੇ ਬੇਟੇ ਅਸ਼ਨੀ ਨੂੰ ਜਿਹੜਾ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਭਾਵੇਂ ਕਿ ਸੰਮਨ ਜਿਹੜੀ ਨੇ ਉਹ ਜ਼ਰੂਰ ਲਗਾ ਦਿੱਤੇ ਗਏ ਸਨ ਉਹਨਾਂ ਦੀ ਕੋਠੀ ਦੇ ਬਾਹਰ ਕਿ ਇਸ ਡੇਟ ਨੂੰ ਜਿਹੜਾ ਉਹ ਉੱਥੇ ਜਿਹੜਾ ਹੈਗਾ ਉਹ ਆਪਣੀ ਹਾਜ਼ਰੀ ਭਰਨ ਪਰ ਫਿਲਹਾਲ ਜੋ ਜਾਣਕਾਰੀ ਇਹੀ ਹੈ ਕਿ ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਹੋਈ ਹੈ ਹਾਂ ਯੋਗੀ ਆਦਿੱਤਿਆਨਾਥ ਦੇ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਗੱਲ ਤਾਂ ਸਾਫ਼ ਹੈ ਕਿ ਜੋ ਪਾਰਟੀ ਜੋ ਸੂਬਾ ਸਰਕਾਰ ਇਸ ਮਸਲੇ ਨੂੰ ਥੋੜਾ ਢਿੱਲਾ ਲੈ ਰਹੀ ਸੀ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਦੋਂ ਪੂਰੇ ਦੇਸ਼ ਦੇ ਵਿੱਚੋਂ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀ ਉਹਨਾਂ ਦੇ ਲੀਡਰ ਵੱਖ ਵੱਖ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਲਗਾਤਾਰ ਪ੍ਰਦਰਸ਼ਨ ਕਰਨ ਲੱਗੇ ਲਗਾਤਾਰ ਯੂਪੀ ਦੇ ਵਿੱਚ ਆਉਣ ਦੀਆਂ ਜਿਹੜੀਆਂ ਉਹਨਾਂ ਦੀਆਂ ਕਿਆਸਕਾਰੀਆਂ ਜਿਹੜੀਆਂ ਆਪਾਂ ਪਿਛਲੇ ਕਾਫੀ ਦੇਰ ਤੋਂ ਦੇਖਦੇ ਆ ਰਹੇ ਹਾਂ ਕਦੀ 5 ਬੰਦੇ ਕਦੀ 20 ਬੰਦੇ ਕੱਲ ਨਵਜੋਤ ਸਿੰਘ ਸਿੱਧੂ ਨੂੰ ਵੀ ਜਿਹੜਾ ਹੈਗਾ 20-25 ਬੰਦੇ ਦੇ ਨਾਲ ਇਜਾਜ਼ਤ ਦੇ ਦਿੱਤੀ ਗਈ ਹੈ ਕਿਤੇ ਨਾ ਕਿਤੇ ਇੱਕ ਪ੍ਰੈਸ਼ਰ ਬਿਲਟ ਜਿਹੜਾ ਹੈਗਾ ਉਹ
ਸੂਬਾ ਸਰਕਾਰ ਤੇ ਆਪਾਂ ਨੂੰ ਵੇਖਣ ਦੇ ਵਿੱਚ ਮਿਲਿਆ। ਇਹੀ ਕਾਰਨ ਹੈ ਕਿ ਹੁਣ ਖੁਦ ਸੂਬੇ ਦੇ ਮੁੱਖ ਮੰਤਰੀ ਨੂੰ ਜਿਹੜਾ ਆਪਣਾ ਬਿਆਨ ਦੇਣਾ ਪਿਆ ਤੇ ਜਿਹੀ ਇਹ ਕਾਰਨ ਹੈ ਕਿ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਬਣਾ ਕੇ ਰੱਖਾਂਗੇ ਤੇ ਜਲਦ ਜਿਹੜਾ ਜਿਹੜੀ ਹੈ ਉਹ ਬੰਦਿਆਂ ਨੂੰ ਚਾਹੇ ਉਹ ਮੰਤਰੀ ਦਾ ਲੜਕਾ ਹੋਵੇ ਚਾਹੇ ਉਹ ਕੋਈ ਵੀ ਹੋਵੇ ਉਹਨਾਂ ਨੂੰ ਜਿਹੜਾ ਉਹ ਗ੍ਰਿਫ਼ਤਾਰ ਉਹ ਕੀਤਾ ਜਾ ਸਕਦਾ ਹੈ। ਜੀ ਵਿਨੇ ਜੀ, ਹਾਲਾਂਕਿ ਸਿਆਸਤ ਜਿਹੜੀ ਹੈ ਮੁੱਦੇ ਦੇ ਉੱਤੇ ਪੂਰੀ ਗਰਮਾਈ ਹੋਈ ਹੈ, ਗਰਮਾਉਣੀ ਵੀ ਚਾਹੀਦੀ ਹੈ ਕਿਉਂਕਿ ਕਾਫ਼ੀ ਤਸ਼ੱਦਦ ਜਿਹੜਾ ਉਹ ਉਠਾਇਆ ਗਿਆ ਹੈ ਕਿਸਾਨਾਂ ਦੇ ਉੱਤੇ ਤੇ ਜਿੰਨੇ ਵੀ ਉਹਦੇ 'ਚ ਜਿਹੜੇ ਦੋਸ਼ੀ ਹੈਗੇ ਆ ਉਹ ਜਲਦ ਸਲਾਖਾਂ ਦੇ ਪਿੱਛੇ ਹੋਣ, ਸਾਰਿਆਂ ਦੀ ਇਹੀ ਜਿਹੜੀ ਹੈ ਡਿਮਾਂਡ ਹੈਗੀ ਹੈ। ਤੇ ਨਾਲ ਹੀ ਗੌਰਤਲਬ ਗੱਲ ਇਹ ਵੀ ਹੈ ਕਿ ਸੁਪਰੀਮ ਕੋਰਟ ਨੂੰ ਸੰਗਿਆਨ ਲੈਣਾ ਪਿਆ, ਉਸ ਤੋਂ ਬਾਅਦ ਜਿਹੜੀ ਹੈ ਸਰਕਾਰ ਯੂਪੀ ਦੀ ਸਰਕਾਰ ਹਰਕਤ 'ਚ ਆਈ, ਹੁਣ ਸੁਪਰੀਮ ਕੋਰਟ ਸਾਰੀ ਡਿਵੈਲਪਮੈਂਟ ਨੂੰ ਮੋਨੀਟਰ ਕਰਦੀ ਪਈ ਹੈ, ਹਰ ਦਿਨ ਜਿਹੜਾ ਹੈ ਉਹਨਾਂ ਨੂੰ ਆਪਣੀ ਸਟੇਟਸ ਰਿਪੋਰਟ ਸੁਪਰੀਮ ਕੋਰਟ ਨਾਲ ਯੂਪੀ ਸਰਕਾਰ ਨੂੰ ਸਾਂਝਾ ਕਰਨੀ ਪੈਣੀ ਹੈ। ਇੰਦਰਜੀਤ ਜੀ, ਸਵਾਲ ਇਹ ਹੈ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬੜੇ ਆਇਰਨ ਮੈਨ ਟਾਈਪ ਉਹਨਾਂ ਦੀ ਛਵੀ ਉਹਨਾਂ ਨੇ ਆਪਣੀ ਬਣਾਈ ਹੋਈ ਹੈ, ਕਿਉਂਕਿ ਮੈਕਸੀਮਮ ਐਨਕਾਊਂਟਰ ਆਪਾਂ ਵੇਖਿਆ ਚਾਹੇ ਉਹ ਕ੍ਰਿਮੀਨਲ ਸੀ ਹੋਣ, ਬੜੇ ਆਪਾਂ ਹਿਊਮੈਨੀਟੇਰੀਅਨ ਦੇ ਖਿਲਾਫ ਜਾ ਕੇ ਜਿਹੜੀ ਇਹ ਸਰਕਾਰ ਨੇ ਉਹ ਸਾਰੇ ਐਨਕਾਊਂਟਰ ਕੀਤੇ ਸੀ, ਪਰ ਕਿਤੇ ਕਿਤੇ ਦੂਜੇ ਜਿਹੜਾ ਖੇਮਾ ਹੈਗਾ ਉਹ ਇਹ ਵੀ ਮੰਨਦਾ ਕਿ ਇਹਨਾਂ ਇਹ ਜਿਹੜੇ ਕ੍ਰਿਮੀਨਲ ਸੀਗੇ ਆ ਇਹ ਬਹੁਤ ਪੁਰਾਣੇ ਟਾਈਮ ਤੋਂ ਜਿਹੜੀ ਇਹ ਯੂਪੀ ਦੇ ਅੰਦਰ ਪੂਰੀ ਇੱਕ ਪ੍ਰਥਾ ਇੱਕ ਸਿਸਟਮ ਇੱਕ ਫੈਸ਼ਨ ਜਿਹਾ ਬਣ ਗਿਆ ਸੀ ਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਹਰ ਪਾਰਟੀ ਦੇ ਹਰ ਪੋਲੀਟੀਕਲ ਪਾਰਟੀ ਚਾਹੇ BSP ਹੋਵੇ ਜਾਂ ਸਮਾਜਵਾਦੀ ਪਾਰਟੀ ਹੋਵੇ, ਪਹਿਲੀ ਵਾਰੀ ਜਿਹੜੀ BJP ਦੀ ਸਰਕਾਰ ਬਣੀ ਸੀ ਕਾਫੀ ਸਾਲਾਂ ਬਾਅਦ ਯੂਪੀ ਦੇ ਅੰਦਰ, ਤੇ ਇਹ ਜਿਹੜਾ ਇਹਨਾਂ ਨੇ ਇੱਕ ਬੈਲੈਂਸ ਕੀਤਾ ਹੈ ਕ੍ਰਿਮੀਨਲਸ ਦਾ ਐਨਕਾਊਂਟਰ ਕਰਕੇ, ਤੇ ਉਸ ਟਾਈਮ ਤੋਂ ਯੋਗੀ ਆਦਿੱਤਿਆਨਾਥ ਬਹੁਤ ਹੀ ਬਿਲਕੁਲ ਸੈਂਟਰ ਸਟੇਜ ਲੈ ਕੇ ਵਿੱਚ ਆ ਕੇ ਜਿਹੜੀ ਹੈ ਸਿਚੁਏਸ਼ਨ ਨੂੰ ਮੈਨੇਜ ਕਰਦੇ ਆ, ਤੇ ਪੂਰੇ ਡਿਫੈਂਸ ਵੀ ਜੇ ਉਹਨਾਂ ਨੇ ਕਰਨਾ ਹੁੰਦਾ ਇਹਨਾਂ ਐਨਕਾਊਂਟਰਸ ਦਾ ਬੜੀ ਮੁਸਕਰਾਹਟ ਦੇ ਨਾਲ ਤੇ ਆਪਣੇ ਆਪ ਨੂੰ ਸਹੀ ਦੱਸ ਕੇ ਕਰਦੇ ਹੁੰਦੇ ਆ, ਪਰ ਜਦ ਮਾਮਲਾ ਆਇਆ ਕਿਸਾਨਾਂ ਦਾ ਲਖੀਮਪੁਰ ਖੇੜੀ ਦਾ ਤੇ 7 ਦਿਨਾਂ ਤੱਕ ਉਹਨਾਂ ਦੀ ਚੁੱਪੀ ਜਿਹੜੀ ਹੈ ਸ਼ਾਇਦ ਇਹ ਉਹਨਾਂ ਦੀ ਛਵੀ ਵਾਸਤੇ ਉਹਨਾਂ ਦੀ ਆਪਣੀ ਪਰਸਨੈਲਿਟੀ ਵਾਸਤੇ ਜਿਹੜੀ ਹੈ ਇਹ ਗਵਾਰ ਨਹੀਂ ਜਾਏਗੀ, ਤੇ ਨਾਲ ਜਿਹੜਾ ਹੈ ਲੋਕਾਂ ਦੇ ਸਵਾਲ ਜਿਹੜੇ ਆ ਕਿਉਂਕਿ ਸੁਪਰੀਮ ਕੋਰਟ ਨੂੰ ਇੰਟਰਫੇਅਰ ਕਰਨਾ ਪਿਆ, ਸੁਪਰੀਮ ਕੋਰਟ ਹੁਣ ਮੋਨੀਟਰ ਕਰਦੀ ਪਈ ਹੈ, ਕਿਤੇ ਨਾ ਕਿਤੇ ਹੁਣ ਇਹ ਮੈਸੇਜ ਚਲਾ ਗਿਆ ਹੈ ਕਿ ਸੁਪਰੀਮ ਕੋਰਟ ਜੇ ਸੀਓ ਮੋਟੋ ਕੋਗਨੀਜੈਂਸ ਇਸ ਡਿਵੈਲਪਮੈਂਟ ਤੇ ਨਹੀਂ ਲੈਂਦੀ ਤੇ ਸ਼ਾਇਦ ਯੂਪੀ ਦੀ ਸਰਕਾਰ ਢਿੱਲੀ ਹੀ ਪਈ ਰਹਿੰਦੀ। ਜੀ ਬਿਲਕੁਲ ਵੀਰੇ ਜੀ, ਕਿਉਂਕਿ ਆਪਾਂ ਵੇਖਿਆ ਕਿ ਪਰਸੋਂ ਸੁਪਰੀਮ ਕੋਰਟ ਨੇ ਜਿਹੜਾ ਸੀ ਇਸ ਤੇ ਥੋੜੀ ਜਿਹੀ ਸਖਤੀ ਵੀ ਖਾਈ ਤੇ ਉਸ ਤੋਂ ਬਾਅਦ ਸੂਬਾ ਸਰਕਾਰ ਜਿਹੜੀ ਹੈ ਉਹ ਹਿਲਜੁਲ ਹੋਈ। ਕੱਲ ਫਿਰ ਸੁਪਰੀਮ ਕੋਰਟ ਨੇ ਜਿਹੜਾ ਸੀ ਫਟਕਾਰ ਜਿਹੜੀ ਸੀ ਉਹ ਲਗਾਈ ਸੀ ਸੂਬਾ ਸਰਕਾਰ ਨੂੰ, ਤੇ ਇਹੀ ਕਾਰਨ ਹੈ ਕਿ ਜਿੱਥੇ ਸੂਬੇ ਦੇ ਮੁੱਖ ਮੰਤਰੀ ਯੋਗੀ ਜਿਹੜੇ ਨੇ ਉਹਨਾਂ ਨੂੰ ਆਪਣਾ ਬਿਆਨ ਦੇਣਾ ਪਿਆ ਇਸ ਪੂਰੇ ਮਸਲੇ ਨੂੰ ਲੈ ਕੇ। ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਉਹਨਾਂ ਦੀ ਇੱਕ ਛਵੀ ਜਿਹੜੀ ਹੈ ਉਹ ਆਇਰਨ ਮੈਨ ਦੇ ਤੌਰ ਤੇ ਹੈ, ਉਹ ਹਮੇਸ਼ਾ ਜੋ ਡਿਸੀਜ਼ਨ ਲੈਂਦੇ ਨੇ ਉਸ ਤੋਂ ਪਿੱਛੇ ਕਦੇ ਹਟਦੇ ਹੋਏ ਆਪਾਂ ਨੇ ਉਹਨਾਂ ਨੂੰ ਘੱਟਵਾਦੀ ਵੇਖਿਆ, ਚਾਹੇ ਉਹ 3 ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੀ ਹਮਾਇਤ ਹੀ ਕਿਉਂ ਨਾ ਹੋਵੇ। ਤਾਂ ਆਪਾਂ ਜਿੱਥੇ ਜਦੋਂ ਗਾਜ਼ੀਪੁਰ ਦੇ ਵਿੱਚ ਜਿਸ ਤਰ੍ਹਾਂ ਪ੍ਰਦਰਸ਼ਨ ਚੱਲ ਰਹੇ ਸਨ ਤੇ ਉਦੋਂ ਆਪਾਂ ਵੇਖਿਆ ਕਿ ਉਹਨਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਮੈਂ ਆਪਣੇ ਏਰੀਏ ਦੇ ਵਿੱਚ ਜਿਹੜਾ ਹੈਗਾ ਉਹ ਕਿਸੇ ਵੀ ਪ੍ਰਕਾਰ ਦਾ ਜਿਹੜਾ ਪ੍ਰਦਰਸ਼ਨ ਨੂੰ ਜਿਹੜੀ ਇਜਾਜ਼ਤ ਨਹੀਂ ਦੇਵਾਂਗਾ। ਲੇਕਿਨ ਇਹੀ ਕਾਰਨ ਹੈ ਕਿ ਆਪਾਂ ਨੂੰ ਵੀ ਪਤਾ ਹੈ ਕਿ ਸਮਾਂ ਜਿਹੜਾ ਇਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ 2022 ਜਿਹੜੀ ਹੈ ਉਹ ਬਹੁਤ ਨਜ਼ਦੀਕ ਹੈਗੀ ਆ, ਖਾਸ ਕਰਕੇ ਆਪਣਾ ਯੂਪੀ ਦੇ ਲਈ। ਤੇ ਯੂਪੀ ਇੱਕ ਵੱਡਾ, ਕਿਉਂਕਿ ਇੱਕ ਤਾਂ ਖੇਤਰਪਾਲ ਵੱਲੋਂ ਵੀ ਵੱਡਾ, ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਸੀਟਾਂ ਚਾਹੇ ਉਹ ਰਾਜ ਸਭਾ ਦੀਆਂ ਨੇ ਚਾਹੇ MP ਦੀਆਂ ਸੀਟਾਂ ਨੇ, ਬਹੁਤ ਜ਼ਿਆਦਾ ਇੱਥੋਂ ਨਿਕਲ ਕੇ ਆਉਂਦੇ ਨੇ ਤੇ ਸਰਕਾਰ ਬਣਾਉਣ ਦੇ ਵਿੱਚ ਕੇਂਦਰ ਦੇ ਵਿੱਚ ਬੜਾ ਵੱਡਾ ਯੋਗਦਾਨ ਯੂਪੀ ਦਾ ਹੁੰਦਾ। ਇਹੀ ਕਾਰਨ ਹੈ ਕਿ BJP ਜਿਹੜੀ ਹੈ ਇਸ ਨੂੰ ਲਾਈਟਲੀ ਨਹੀਂ ਲੈ ਸਕਦੀ ਸੀ, ਤੇ ਉਹਨਾਂ ਨੇ ਜਿਹੜਾ ਹੁਣ ਜਦੋਂ ਪੂਰਾ ਪ੍ਰੈਸ਼ਰ ਬਿਲਟ ਹੋਇਆ ਚਾਹੇ ਉਹ ਰਾਜਨੀਤਿਕ ਦਲਾਂ ਦਾ ਹੋਵੇ ਚਾਹੇ ਉਹ ਸੁਪਰੀਮ ਕੋਰਟ ਦੀ ਫਟਕਾਰ ਹੋਵੇ, ਉਸ ਤੋਂ ਬਾਅਦ ਖੁਦ ਇਸ ਡੈਮੇਜ ਨੂੰ ਜਿਹੜਾ ਭਰਨ ਦੇ ਲਈ ਖੁਦ ਜਿਹੜੇ ਮੁੱਖ ਮੰਤਰੀ ਜਿਹੜੇ ਨੇ ਉਹ ਅੱਜ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਤੇ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਵੇਖ ਪਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕੇਂਦਰੀ ਮੰਤਰੀ ਦੇ ਲੜਕੇ ਜਿਹੜੇ ਆ ਉਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਆਪਾਂ ਵੇਖਾਂਗੇ, ਕਿਉਂਕਿ ਲਗਾਤਾਰ ਇਹ ਕਿਆਸ ਜਿਹੜੇ ਸਨ ਉਹ ਪਹਿਲਾਂ ਲੱਗ ਰਹੇ ਸਨ ਕਿ ਸ਼ਾਇਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ, ਪਰ ਹੁਣ ਜਿਸ ਤਰ੍ਹਾਂ ਦਾ ਮਾਹੌਲ ਬਿਲਟ ਹੁੰਦਾ ਜਾ ਰਿਹਾ ਉਸ ਤੋਂ ਸਾਫ਼ ਹੈ ਕਿ ਜਲਦ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ। ਗ੍ਰਿਫਤਾਰੀ ਦਾ ਪਹਿਲਾ ਸਟੈਪ ਜਿਹੜਾ ਸੀ ਉਹ ਆਪਾਂ ਕੱਲ ਸ਼ਾਮ ਨੂੰ ਵੇਖਿਆ ਸੀ ਜਦੋਂ ਉਹਨਾਂ ਦੇ ਘਰ ਦੇ ਬਾਹਰ ਸੰਮਨ ਜਿਹੜੇ ਸਨ ਪੁਲਿਸ ਦੇ ਵੱਲੋਂ ਲਗਾ ਦਿੱਤੇ ਗਏ ਸਨ। ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੀ ਜਾਂਚ ਦੇ ਵਿੱਚ ਜਿਹੜੀ ਇਸ ਪੂਰੀ ਘਟਨਾ ਦੀ ਜਿਹੜੀ ਜਾਂਚ ਚੱਲ ਰਹੀ ਹੈ ਉਸਦੇ ਵਿੱਚ ਉਹ ਸ਼ਾਮਲ ਹੋਣ, ਤੇ ਹੁਣ ਵੇਖਣਾ ਹੋਵੇਗਾ ਕਿ ਮਿਸ਼ਰਾ ਜਿਹੜੇ ਨੇ ਉਹ ਇਸ ਸਮੇਂ ਕਿੱਥੇ ਨੇ ਜਾਂ ਉਹ ਪਹੁੰਚੇ ਜਾਂ ਨਹੀਂ ਪਹੁੰਚੇ। ਕੋਈ ਜਾਣਕਾਰੀ ਜੋ ਮਿਲ ਰਹੀ ਹੈ ਅਜੇ ਤੱਕ
ਉਹਨਾਂ ਉਹ ਜਿਹੜੇ ਨੇ ਆਪਣਾ ਪੁਲਿਸ ਦੀ ਇਨਕੁਆਇਰੀ ਦੇ ਵਿੱਚ ਉਹ ਹਾਜ਼ਰ ਨਹੀਂ ਹੋਏ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਜਾਂ ਉਹ ਖੁਦ ਪੁਲਿਸ ਦੇ ਅੱਗੇ ਪੇਸ਼ ਹੁੰਦੇ ਨੇ, ਇਹ ਇੱਕ ਬੜਾ ਵੱਡਾ ਸਵਾਲ ਜਿਹੜਾ ਉਹ ਬਣਿਆ ਰਹੇਗਾ। ਜੀ ਜੀ, ਨਾਲ ਹੀ ਇੰਦਰਜੀਤ ਜੀ, ਅਸੀਂ ਵੇਖਦੇ ਹਾਂ ਕਿ ਅਜੇ ਮਿਸ਼ਰਾ ਉਹ ਮਿਨਿਸਟਰ ਆਫ ਸਟੇਟ ਹੈਗੇ ਆ ਇਨ ਦਾ ਮਿਨਿਸਟਰੀ ਆਫ ਹੋਮ ਅਫੇਅਰਸ, ਜਿਹੜੀ ਕਿ ਹੋਮ ਮਿਨਿਸਟਰ ਆਪਣੇ ਅਮਿਤ ਸ਼ਾਹ ਹੈਗੇ ਆ, ਉਹਨਾਂ ਦੇ ਬੇਟੇ ਆ ਆਸ਼ੀਸ਼ ਮਿਸ਼ਰਾ, ਜਿਹੜਾ ਕਿ ਪੂਰੇ ਦੇ ਪੂਰੇ ਮਾਸਟਰ ਮਾਈਂਡ ਮੰਨੇ ਜਾਂਦੇ ਇਸ ਪੂਰੇ ਤਸ਼ੱਦਦ ਜਿਹੜਾ ਲਖੀਮਪੁਰ ਖੇੜੀ 'ਚ ਹੋਇਆ। ਅਤੇ ਕਿਤੇ ਨਾ ਕਿਤੇ ਜਦ ਅਸੀਂ ਗੱਲ ਕਰਦੇ ਹਾਂ ਉਹਦੇ 'ਚ ਇਹ ਤਾਂ ਜ਼ਰੂਰ ਸਾਨੂੰ ਸੁਣਨ ਨੂੰ ਮਿਲਦਾ ਕਿ ਬੇਟੇ ਨੇ ਇਹ ਜਿਹੜਾ ਤਸ਼ੱਦਦ ਹੈ ਸਾਰਾ ਜਿਹੜਾ ਘਟਨਾਕ੍ਰਮ ਹੈ ਉਹਨੇ ਕੀਤਾ, ਉਹਦੇ ਫਾਦਰ ਨੂੰ ਕਿਉਂ ਇਨਵੋਲਵ ਕਰਦੇ ਹੋ, ਖਾਸ ਕਰਕੇ ਜਦ ਅਸੀਂ ਰੈਜ਼ਿਗਨੇਸ਼ਨ ਦੀ ਗੱਲ ਕਰਦੇ ਹਾਂ ਕਿ ਇਸ ਟਾਈਮ ਜਿਹੜਾ ਮਿਨਿਸਟਰ ਆਫ ਸਟੇਟ ਜਿਹੜੇ ਮਿਨਿਸਟਰ ਆਫ ਹੋਮ ਅਫੇਅਰਸ ਦੇ ਜਿਹੜੇ ਮਿਨਿਸਟਰ ਹੈਗੇ ਆ ਅਜੇ ਮਿਸ਼ਰਾ ਜੀ, ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਕਿਉਂਕਿ ਕਿਆ ਲੱਗਦਾ ਯੂਪੀ ਦੇ ਪੁਲਿਸ, ਕਿਉਂਕਿ ਹੋਮ ਅਫੇਅਰਸ ਕੋਲ ਪੂਰੇ ਦੇ ਪੂਰੇ ਦੇਸ਼ ਦੀ ਜਿਹੜਾ ਪੁਲਿਸ ਉਹਨਾਂ ਦੇ ਅੰਦਰ ਲਾਅ ਐਂਡ ਆਰਡਰ ਉਹਨਾਂ ਦੇ ਅੰਦਰ ਹੁੰਦਾ ਹੈ, ਕਿਵੇਂ ਕੋਈ ਪੁਲਿਸ ਅਫਸਰ ਜਿਹੜਾ ਹੈ ਉਹਨਾਂ ਦੇ ਬੇਟੇ ਦੇ ਖਿਲਾਫ ਕੋਈ ਕਾਰਵਾਈ ਕਰ ਸਕਦਾ। ਹਰ ਕਿਸੇ ਨੂੰ ਜਿਹੜੀ ਹੈ ਆਪਣੀ ਨੌਕਰੀ ਦੀ ਜਿਹੜੀ ਹੈ ਬਚਾਉਣੀ ਹੁੰਦੀ ਹੈ। ਈਵਨ ਜੇ ਮੰਨ ਲਓ ਅਜੇ ਮਿਸ਼ਰਾ ਕਿਸੇ ਥਾਣੇ 'ਤੇ ਜਾਂਦੇ ਵੀ ਹੈ, ਪਰਸਨਲੀ ਉਹਨਾਂ ਦੀ ਹਾਜ਼ਰੀ ਵੀ ਹੁੰਦੀ, ਜਾਂ ਮੰਨ ਲਓ ਸਿਰਫ ਸਟੇਟ ਦੇ ਹੈੱਡਕੁਆਟਰ ਪੁਲਿਸ ਹੈੱਡਕੁਆਟਰ 'ਚ ਵੀ ਜਾਂਦੇ ਹੁੰਦੇ ਹੈ, ਉੱਥੇ ਦੇ DGP IG ਉਹਨਾਂ ਨੂੰ ਸਲੂਟ ਮਾਰਨਗੇ, ਕਿਵੇਂ ਉਹ ਕਰ ਸਕਦੇ ਹੈ ਇੰਨੀ ਜ਼ਰੂਰਤ ਕਿ ਉਹਨਾਂ ਦੇ ਬੇਟੇ ਦੇ ਅਗੇਂਸਟ ਹੀ ਉਹ ਐਕਸ਼ਨ ਲੈ ਲੈਣ ਬੇਤੜਕ। ਇਸ ਕਰਕੇ ਜਿਹੜਾ ਉਹਨਾਂ ਦਾ ਰੈਜ਼ਿਗਨੇਸ਼ਨ ਸੀਗਾ, ਇਹ ਇੱਕ ਮੋਰੈਲਿਟੀ ਦੀ ਗੱਲ ਹੈਗੀ ਹੈ, ਪ੍ਰੋਪਰਾਇਟੀ ਦੀ ਗੱਲ ਹੈਗੀ ਹੈ ਕਿ ਉਹਨਾਂ ਨੂੰ ਆਪ ਜਿਹੜਾ ਹੈ ਆਪਣੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ, ਕਿਉਂਕਿ ਉਹਨਾਂ ਦੀ ਜਿਹੜੀ ਪ੍ਰੈਜੈਂਸ ਹੈ ਇਸ ਕੁਰਸੀ ਦੇ ਐਜ਼ ਏ ਮਿਨਿਸਟਰ ਆਫ ਸਟੇਟ ਇਨ ਦਾ ਮਿਨਿਸਟਰੀ ਆਫ ਹੋਮ ਅਫੇਅਰਸ, ਉਹ ਡੈਫੀਨੇਟਲੀ ਇਨਵੈਸਟੀਗੇਸ਼ਨ ਨੂੰ ਇੰਪੈਕਟ ਕਰੇਗੀ। ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਨਹੀਂ ਲੱਗਦਾ ਕਿ ਅਜੇ ਮਿਸ਼ਰਾ ਜਿਹੜੇ ਨੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਉਹ ਆਪ ਦੇਣਗੇ। ਇਹ ਤਾਂ ਕੇਂਦਰ ਖਾਸ ਕਰਕੇ PM ਮੋਦੀ ਉਹਨਾਂ ਨੂੰ ਆਪ ਚਾਹੀਦਾ ਸੀ ਕਿ ਉਹਨਾਂ ਤੋਂ ਅਸਤੀਫਾ ਲੈ ਲੈਂਦੇ, ਕਿਉਂਕਿ ਜਿਸ ਤਰ੍ਹਾਂ ਇਹ ਮਸਲਾ ਉੱਠਿਆ ਤੇ ਉਸਦੇ ਨਾਲ ਇੱਕ ਵਿਅਕਤੀ ਦੇ ਕਾਰਨ ਜਿਹੜਾ ਹੈਗਾ, ਮੈਂ ਇਹ ਕਹੂੰਗਾ ਕਿ ਅਜੇ ਮਿਸ਼ਰਾ ਉਹਨਾਂ ਦੇ ਕਾਰਨ ਪੂਰੀ ਕੇਂਦਰ ਦੀ ਵਜ਼ਾਰਤ ਨੂੰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕਟਗੜੇ ਦੇ ਵਿੱਚ ਖੜਾ ਕਰ ਦਿੱਤਾ ਹੈ। ਤੇ ਜੇਕਰ, ਕਿਉਂਕਿ ਦੇਖੋ ਬੜੀ ਕਲੀਅਰ ਜੀ ਗੱਲ ਹੈ ਕਿ ਜੇਕਰ ਉਹ ਆਸ਼ੀਸ਼ ਮਿਸ਼ਰਾ ਜਿਹੜੇ ਨੇ ਉਹ ਇਨਕੁਆਇਰੀ 'ਚ ਸ਼ਾਮਿਲ ਹੋ ਜਾਂਦੇ ਹੁਣ ਤੱਕ ਅਤੇ ਕੁਛ ਨਾ ਕੁਛ ਸਾਹਮਣੇ ਨਿਕਲ ਕੇ ਆਉਂਦਾ, ਇੱਕ ਵੱਖਰੀ ਗੱਲ ਸੀ। ਪਰ ਆਪਾਂ ਵੇਖ ਪਾ ਰਹੇ ਹਾਂ ਕਿ ਜਦੋਂ ਤੋਂ ਇਹ ਘਟਨਾਕ੍ਰਮ ਵਾਪਰਿਆ ਉਦੋਂ ਤੋਂ ਉਹ ਮੀਡੀਆ ਸਾਹਮਣੇ ਤਾਂ ਬੜੇ ਖੁੱਲ੍ਹ ਕੇ ਜਿਹੜੇ ਉਹ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਨੇ, ਪਰ ਜਦੋਂ ਉਹਨਾਂ ਦੀ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਹੋਇਆ ਪਿਆ, 302 ਦਾ ਮਾਮਲਾ ਉਹਨਾਂ ਦੇ ਖਿਲਾਫ ਦਰਜ ਹੋਇਆ ਪਿਆ, ਤਾਂ ਕਿਉਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ? ਇਹ ਸਵਾਲ ਜਿਹੜਾ ਸੀ ਬੜਾ ਵੱਡਾ ਸੀ। ਹਰ ਇੱਕ ਮੀਡੀਆ ਨੇ ਜਿਹੜਾ ਹੈਗਾ ਆਪਣੇ ਪਲੇਟਫਾਰਮ ਤੇ ਜਿਹੜਾ ਇਸਨੂੰ ਪਹਿਲ ਦੇ ਆਧਾਰ ਤੇ ਵਿਖਾਇਆ ਵੀ ਹੈਗਾ, ਪਰ ਗੱਲ ਉੱਥੇ ਹੈ ਕਿ ਆਸ਼ੀਸ਼ ਮਿਸ਼ਰਾ ਦੇ ਫਾਦਰ ਗ੍ਰਹਿ ਰਾਜ ਮੰਤਰੀ ਨੇ, ਤੇ ਤੁਸੀਂ ਜਿਵੇਂ ਬਿਲਕੁਲ ਸਹੀ ਕਿਹਾ ਕਿ ਜੇਕਰ ਉਹਨਾਂ ਦੀ ਇੱਕ ਫੇਰੀ ਵੀ ਜੇਕਰ ਯੂਪੀ ਦੇ ਵਿੱਚ ਹੋ ਜਾਵੇ ਤਾਂ ਯੂਪੀ ਦੇ ਜਿਹੜੇ DGP ਜਿਹੜੇ ਨੇ ਉਹ ਉਹਨਾਂ ਦੇ ਅੱਗੇ ਪਿੱਛੇ ਘੁੰਮਦੇ ਫਿਰਦੇ ਹੋਏ ਇਹਨਾਂ ਨੂੰ ਆਪਾਂ ਵੇਖ ਪਾਵਾਂਗੇ, ਕਿਉਂਕਿ ਉਹ ਗ੍ਰਹਿ ਰਾਜ ਮੰਤਰੀ ਨੇ ਤੇ DGP ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਅੰਡਰ ਜ਼ਰੂਰ ਆਉਂਦੇ ਨੇ, ਤੇ ਉਹਨਾਂ ਦੇ ਲੜਕੇ ਨੂੰ ਗ੍ਰਿਫਤਾਰ ਕਰਨਾ ਬੜਾ ਵੱਡਾ ਚੈਲੰਜ ਜਿਹੜਾ ਉਹ ਯੂਪੀ ਦੇ ਲਈ ਹੈ। ਹਾਂ, ਜੇਕਰ ਯੂਪੀ ਦੇ ਵਿੱਚ BJP ਦੀ ਸਰਕਾਰ ਨਾ ਹੋ ਕੇ ਕੋਈ ਹੋਰ ਸਰਕਾਰ ਹੁੰਦੀ ਤਾਂ ਸ਼ਾਇਦ ਹੁਣ ਤੱਕ ਆਸ਼ੀਸ਼ ਮਿਸ਼ਰਾ ਦੀ ਜਿਹੜੀ ਗ੍ਰਿਫਤਾਰੀ ਸੀ ਉਹ ਹੋ ਚੁੱਕੀ ਹੁੰਦੀ ਤੇ ਜਲਦ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਸਲਾਖਾਂ ਦੇ ਪਿੱਛੇ ਵੇਖ ਵੀ ਪਾਉਂਦੇ। ਪਰ ਹੁਣ ਵੀ ਮੈਂ ਤਾਂ ਇਹੀ ਕਹੂੰਗਾ, ਹੁਣ ਵੀ ਕਿਆਸਕਾਰੀਆਂ ਜਿਹੜੀਆਂ ਉਹੀ ਲੱਗ ਰਹੀਆਂ ਨੇ ਕਿ ਜਲਦ ਆਸ਼ੀਸ਼ ਮਿਸ਼ਰਾ ਜਿਹੜੇ ਨੇ ਉਹਨਾਂ ਨੂੰ ਪੁਲਿਸ ਉਹ ਗ੍ਰਿਫਤਾਰ ਕਰੇਗੀ, ਕਿਉਂਕਿ BJP ਕਿਸੇ ਵੀ ਕੀਮਤ ਤੇ ਜਿਹੜੀ ਆ ਆਪਣੀ ਸਾਖ ਨੂੰ ਬਚਾਉਣ ਦੇ ਲਈ, ਬੜੀ ਕਲੀਅਰ ਜੀ ਗੱਲ ਹੈ, ਕਿਉਂਕਿ ਇੱਕ ਵਿਅਕਤੀ ਦੀ ਸਾਖ ਤੋਂ ਵੱਡੀ ਪਾਰਟੀ ਹੁੰਦੀ ਹੈ ਤੇ ਪਾਰਟੀ ਦੀ ਇਸ ਸਮੇਂ ਸਾਖ ਜਿਹੜੀ ਆ ਉਹ ਦਾਅ ਤੇ ਲੱਗ ਚੁੱਕੀ ਆ ਤੇ ਆਪਾਂ ਲਗਾਤਾਰ ਵੇਖ ਰਹੇ ਹਾਂ ਕਿ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਇਸ ਮੁੱਦੇ ਨੂੰ ਲੈ ਕੇ ਮੁੱਦੇ ਨੂੰ ਬਣਾਉਣ ਦੀਆਂ ਕੋਸ਼ਿਸ਼ ਕਰਦੀਆਂ ਪਈਆਂ ਨੇ। ਉੱਥੇ ਹੀ BJP ਕਟਗੜੇ ਤੇ ਖੜੀ ਹੈ, ਜੇਕਰ ਉਹਨਾਂ ਨੇ ਇਹ ਵੀ ਬਾਹਰ ਨਿਕਲ ਕੇ ਆਉਣਾ ਹੈ ਤਾਂ ਜਿਵੇਂ ਅੱਜ ਆਦਿਤਯ ਯੋਗੀ ਜੀ ਦਾ ਬਿਆਨ ਸਾਹਮਣੇ ਆਇਆ, ਆਉਣ ਵਾਲੇ ਸਮੇਂ 'ਚ ਆਪਾਂ ਵੇਖਾਂਗੇ ਕਿ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਉਹਨਾਂ ਨੂੰ ਨਿਆਇਕ ਹਿਰਾਸਤ 'ਚ ਵੀ ਜਿਹੜਾ ਹੈਗਾ ਉਹ ਭੇਜਿਆ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਆ ਜ਼ਮਾਨਤ ਦੀ ਜਿਹੜੀ ਗੱਲਬਾਤ ਆ ਉਹ ਬਾਅਦ 'ਚ ਹੁੰਦੀ ਰਹੇਗੀ। ਪਰ ਇੱਕ ਵਾਰੀ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਜਿਹੜੀ ਆ ਉਹ ਜ਼ਰੂਰ ਹੋਣ ਜਾ ਰਹੀ ਹੈ। ਜੀ, ਨਾਲ ਹੀ ਇੱਕ ਅਹਿਮ ਡਿਵੈਲਪਮੈਂਟ, ਸੇਮ ਜਿਹੜਾ ਮੁੱਦਾ ਹੈਗਾ ਲਖੀਮਪੁਰ ਖੇੜੀ ਦਾ, ਇਸੇ ਮੁੱਦੇ ਤੇ ਸੁਪਰੀਮ ਕੋਰਟ ਨੇ ਇੱਕ ਹੋਰ ਬਿਆਨਬਾਜ਼ੀ ਕੀਤੀ ਹੈ ਕਿ ਹਰ ਵਾਰੀ ਸੂਬੇ ਦੀ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਜਿਹੜਾ ਕੇਸ CBI ਨੂੰ ਦੇ ਦਿੱਤਾ ਹੈ, ਤੇ ਹਰ ਵਾਰੀ ਤੁਸੀਂ ਜਦ ਕਹਿੰਦੇ ਹੋ ਕਿ CBI ਨੂੰ ਕੇਸ ਦੇ ਕੇ ਤੁਸੀਂ ਜਿਹੜਾ ਹੈ ਇਹਦੇ ਨਾਲ ਇਜ਼ ਇਟ ਰਾਈਟ ਥਿੰਗ ਔਰ ਬੈਡ ਥਿੰਗ, ਤੋ ਕਿਉਂਕਿ ਜੇ CBI ਵੀ ਤੁਸੀਂ ਦੇਖੋ ਕਿੰਨੇ ਕੇਸ ਜਿਹੜੇ ਹੈ CBI ਨੂੰ ਦੇਣ ਤੋਂ ਬਾਅਦ ਲੋਜੀਕਲ ਲੈਂਡਿੰਗ ਕਿੰਨੇ ਕੇਸ 'ਚ ਹੋਈ ਹੈ,
ਕਿਉਂਕਿ ਜਿਹੜੇ ਗਵਰਨਮੈਂਟ ਪ੍ਰੋਸੀਕਿਊਟਰਸ ਹੈਗੇ ਆ ਉਹਨਾਂ ਦੀ CBI ਨੂੰ ਆਪਣੀ ਆਪ ਜਿਹੜੀ ਹੈ ਕਈ ਵਾਰ ਸੁਪਰੀਮ ਕੋਰਟ ਤੋਂ ਜਾ ਕੇ ਫਟਕਾਰ ਲੱਗੀ ਹੈ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਪ੍ਰੋਪਰਲੀ ਨਹੀਂ ਕੀਤੀ ਹੈ ਅਤੇ ਕਿਤੇ ਨਾ ਕਿਤੇ ਜਿਹੜੀ ਹੈ CBI ਕਿਉਂਕਿ ਸਰਕਾਰੀ ਏਜੰਸੀ ਹੈਗੀ ਹੈ ਕੋਈ ਵੀ ਪਾਰਟੀ ਜਿਹੜੀ ਸੈਂਟਰ ਦੇ ਅੰਦਰ ਜਿੰਨੇ ਵੀ ਪਾਰਟੀ ਦੇ ਸਿਆਸਨ 'ਚ ਮੌਜੂਦ ਹੈਗੀ ਹੈ ਉਹ ਉਸੀ ਦੇ ਇਸ਼ਾਰੇ 'ਤੇ ਕੰਮ ਕਰਦੀ ਹੈ ਸੁਪਰੀਮ ਕੋਰਟ ਨੇ ਇਹ ਵੀ ਸੰਗਿਆਨ ਲਿਆ ਕਿ ਹਰ ਵਾਰੀ ਜਿਹੜੀ ਸੂਬੇ ਦੀ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ CBI ਨੂੰ ਇਹ ਕੇਸ ਅੱਗੇ ਸੌਂਪ ਦਿੱਤਾ ਹੈ ਇਹ ਵੀ ਕੋਈ ਵਧੀਆ ਗੱਲ ਨਹੀਂ ਹੈਗੀ ਹੈ ਕਿਉਂਕਿ ਜਦ ਤੁਹਾਡੀ ਆਪਣੀ ਸਟੇਟ ਪੁਲਿਸ ਜਾਂ ਕਿਤੇ ਨਾ ਕਿਤੇ ਫੇਲ ਹੁੰਦੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਆਪਣਾ ਖੇੜਾ ਛੁਡਾਉਣ ਵਾਸਤੇ ਜਿਹੜੀ ਹੈ CBI ਨੂੰ ਇਨਵੋਲਵ ਕਰਦੀ ਹੈ ਉਹ ਸਾਲੇ ਸਾਲ ਤੱਕ ਜਿਹੜੀ ਹੈ ਉਹ ਡਿਵੈਲਪਮੈਂਟ ਇਨਵੈਸਟੀਗੇਸ਼ਨ ਚੱਲਦੀ ਹੈ ਤਾਂ ਉਹਦਾ ਕੋਈ ਲੋਜੀਕਲ ਐਂਡ ਜਾ ਕੇ ਐਂਡ 'ਚ ਕੋਈ ਵੀ ਨਹੀਂ ਹੁੰਦਾ ਤਦ ਤੱਕ ਲੋਕ ਬੜੇ ਆਰਾਮ ਨਾਲ ਸਾਡੇ ਦੇਸ਼ ਦੀ ਆਵਾਮ ਉਸ ਮੁੱਦੇ ਨੂੰ ਭੁੱਲ ਚੁੱਕੀ ਹੁੰਦੀ ਹੈ ਅਤੇ ਨਾਲ ਹੀ ਕਿਤੇ ਨਾ ਕਿਤੇ ਲੱਗਦਾ ਹੈ ਕਿ BJP ਦੇ ਲੀਡਰਸ ਦੇ ਸੁਰ ਜਿਹੜੇ ਨੇ ਤਿੱਖੇ ਸੁਰ ਖਾਸ ਕਰਕੇ ਆਪਾਂ ਕਹੀਏ ਉਹ ਕਿਤੇ ਨਾ ਕਿਤੇ ਹੌਲੇ ਹੋਏ ਆ ਮੰਦ ਹੋਏ ਆ ਤੇ ਹੁਣ ਜਿਹੜੇ ਉਹਨਾਂ ਨੇ ਇੱਕ ਯੂਟਰਨ ਲਿਆ ਮਨੋਹਰ ਲਾਲ ਖੱਟਰ ਜੀ ਹਰਿਆਣਾ ਦੇ ਮੁੱਖ ਮੰਤਰੀ ਉਹ ਕਹਿੰਦੇ ਕਿ ਮੈਂ ਜਿਹੜਾ ਬਿਆਨ ਦਿੱਤਾ ਸੀ ਕਿਸਾਨਾਂ ਦੇ ਅਗੇਂਸਟ ਟਿਟ ਫੋਰ ਟੈਟ ਜੈਸੇ ਕੋ ਤੈਸਾ ਮੈਂ ਉਹ ਕਿਸੇ ਹੋਰ ਕੰਟੈਕਸਟ ਦੇ ਅੰਦਰ ਕਿਹਾ ਸੀ ਪਰ ਉਹਨੂੰ ਤੋੜ ਮਰੋੜ ਕੇ ਜਿਹੜਾ ਹੈ ਪ੍ਰੈਜੈਂਟ ਕੀਤਾ ਪਰ ਫਿਰ ਵੀ ਮੈਂ ਆਪਣਾ ਉਹ ਬਿਆਨ ਵਾਪਿਸ ਲੈਂਦਾ ਜੀ ਇੰਦਰਜੀਤ ਜੀ ਕੀ ਕਹੋਗੇ ਵਿਨੇ ਜੀ ਤੁਸੀਂ ਵੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ BJP ਦੇ ਲੀਡਰ ਜਿਹੜੇ ਨੇ ਜੋ ਕਿਸਾਨਾਂ ਨੂੰ ਬੁਰਾ ਤੇ ਮੰਦੀ ਸ਼ਬਦਾਵਲੀ ਜਿਹੜੀ ਵਰਤਦੇ ਸਨ ਉਹਨਾਂ ਨੂੰ ਹੁਣ ਪਤਾ ਚੱਲ ਚੁੱਕਿਆ ਹੈ ਕਿ ਕਿਸਾਨ ਜਿਹੜੇ ਨੇ ਉਹ ਸੱਤਾ ਬਦਲਣ ਦੇ ਵਿੱਚ ਬੜਾ ਵੱਡਾ ਅਹਿਮ ਯੋਗਦਾਨ ਇਹਨਾਂ ਦਾ ਜਿਹੜਾ ਉਹ ਆਉਣ ਵਾਲੀਆਂ ਚੋਣਾਂ 'ਚ ਹੋਵੇਗਾ ਇਹੀ ਕਾਰਨ ਹੈ ਕਿ ਹੁਣ ਲਗਾਤਾਰ ਜਿੱਥੇ BJP ਦੇ ਸੁਰ ਥੋੜੇ ਜਿਹੇ ਨਰਮ ਪੈਂਦੇ ਨਜ਼ਰ ਆ ਰਹੇ ਨੇ ਉੱਥੇ ਹੀ ਜਿਵੇਂ ਤੁਸੀਂ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਜਿਹੜਾ ਬਿਆਨ ਹੈ ਉਹਨਾਂ ਨੇ ਆਪਣਾ ਬਿਆਨ ਵਾਪਸ ਲਿਆ ਉਹਨਾਂ ਨੇ ਆਪਣਾ ਬਿਆਨ ਵਾਪਸ ਲਿਆ ਉਸਦੇ ਵਿੱਚ ਇੱਕ ਪਹਿਲਾ ਇੱਕ ਕਦਮ ਹੋਵੇਗਾ ਕਿਉਂਕਿ ਮਨੋਹਰ ਲਾਲ ਖੱਟੜ ਨੂੰ ਆਪਾਂ ਵੇਖਦੇ ਹਾਂ ਉਹ ਲਗਾਤਾਰ ਅਜਿਹੀ ਸ਼ਬਦਾਵਲੀ ਵਰਤਦੇ ਨੇ ਜਿਸ ਦੇ ਨਾਲ ਕਿਸਾਨ ਭਾਈਚਾਰਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਉਹਨਾਂ ਤੋਂ ਔਖਾ ਹੈ ਕਿਉਂਕਿ ਲਗਾਤਾਰ ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਲੈਂਗੁਏਜ ਜਿਹੜੀ ਹੁੰਦੀ ਹੈ ਉਹ ਕਈ ਵਾਰੀ ਉਗਰ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਜਿਹੜਾ ਕਿਸਾਨ ਭਾਈਚਾਰੇ ਦੇ ਵਿੱਚ ਮਨ ਮੁਟਾਵ ਜਿਹੜਾ ਉਹ ਵੇਖਣ ਨੂੰ ਮਿਲਦਾ ਸੀ ਉਹ ਦੇਖਣ ਨੂੰ ਮਿਲਦਾ ਸੀ ਉਹ ਕਹਿੰਦੇ ਸਨ ਕਿ ਸ਼ੁਰੂ ਤੋਂ ਹੀ ਜਿਹੜੇ ਮਨੋਹਰ ਲਾਲ ਖੱਟਰ ਉਹਨਾਂ ਨੇ ਕਿਸਾਨਾਂ ਦੇ ਧਰਨੇ ਦੀ ਲੈ ਕੇ ਲਗਾਤਾਰ ਗਲਤ ਬਿਆਨਬਾਜ਼ੀ ਕੀਤੀ ਆ ਉਹਨਾਂ ਨੂੰ ਵੀ ਮੰਦਾ ਚੰਗਾ ਜਿਹੜਾ ਉਹ ਬੋਲਿਆ ਗਿਆ ਹਮੇਸ਼ਾ ਆਪਾਂ ਵੇਖਿਆ ਕਿ ਮਨੋਹਰ ਲਾਲ ਖੱਟਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉੱਤੇ ਜਿਹੜਾ ਸੀ ਉਹ ਤੰਜ ਕੱਸਦੇ ਨਜ਼ਰ ਆਉਂਦੇ ਸਨ ਕਿ ਇਹ ਪੂਰਾ ਦਾ ਪੂਰਾ ਜਿਹੜਾ ਪ੍ਰਦਰਸ਼ਨ ਜਿਹੜਾ ਹੈਗਾ ਉਹਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੈਗੀ ਆ ਉਹ ਰੂਪਰੇਖਾ ਉਹਨਾਂ ਨੂੰ ਫੰਡਿੰਗ ਜਿਹੜੀ ਹੈ ਪੰਜਾਬ ਸਰਕਾਰ ਕਰ ਰਹੀ ਹੈ ਬਹੁਤ ਸਾਰੇ ਬਿਆਨਬਾਜ਼ੀ ਜਿਹੜੀ ਆਪਾਂ ਪਹਿਲਾਂ ਵੀ ਵੇਖਦੇ ਆਏ ਹਾਂ ਪਰ ਚਲੋ ਮੈਂ ਤਾਂ ਇਹੀ ਕਹੂੰਗਾ ਕਿ ਦੇਰ ਆਏ ਦਰੁਸਤ ਆਏ ਜੇਕਰ ਮਨੋਹਰ ਲਾਲ ਖੱਟਰ ਉਹਨਾਂ ਨੇ ਆਪਣਾ ਬਿਆਨ ਵਾਪਸ ਲਿਆ ਤਾਂ ਇਹ ਇੱਕ ਚੰਗੀ ਸ਼ੁਰੂਆਤ ਕਹੂੰਗਾ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੇ ਮੰਤਰੀ ਵੀ ਜਿਹੜੇ ਨੇ ਜੋ ਲਗਾਤਾਰ ਕਿਸਾਨਾਂ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਸਨ ਉਹ ਉਹਨਾਂ ਦੀ ਸ਼ਬਦਾਵਲੀ ਦੇ ਥੋੜੀ ਜਿਹੀ ਨਰਮਾਈ ਆਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਜਿਹੜੇ ਨੇ ਕਿਸਾਨਾਂ ਦੇ ਮਿਲ ਕੇ ਜੋ ਬੈਠਕਾਂ ਦਾ ਦੌਰ ਖਤਮ ਹੋਇਆ ਸੀ ਉਹ ਦੁਬਾਰਾ ਸ਼ੁਰੂ ਹੋਵੇ ਤੇ ਜਲਦ ਜਿਹੜਾ ਹੈਗਾ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਮਤ ਕਿਸਾਨਾਂ ਦਾ ਅਤੇ ਸਰਕਾਰ ਦਾ ਆਪਸ 'ਚ ਬਣ ਸਕੇ ਜੀ ਵੀ ਨੇ ਜੀ ਵਧਦੇ ਆ ਕਸ਼ਮੀਰ ਜੰਮੂ ਐਂਡ ਕਸ਼ਮੀਰ ਕੋਲ ਮਾਇਨੋਰਟੀ ਕਮਿਊਨਿਟੀਜ਼ ਦਾ ਤਸ਼ੱਦਦ ਜਾਰੀ ਹੈ ਇੱਕ ਸਕੂਲ ਦੇ ਅੰਦਰ ਮਹਿਲਾ ਅਧਿਆਪਕ ਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਉਹ ਕਿਹੜੇ ਰਿਲੀਜਨ ਦੇ ਹੈਗੇ ਆ ਨਾਲ ਹੋਰ ਦੋ ਟੀਚਰਸ ਨੂੰ ਸਾਰੇ ਟੀਚਰਸ ਨੂੰ ਇੱਕ ਕਤਾਰ 'ਚ ਖੜਾ ਕਰਕੇ ਉਹਨਾਂ ਦੇ ਰਿਲੀਜਨ ਪੁੱਛੇ ਗਏ ਅਤੇ ਬੜੀ ਬੇਰਹਿਮੀ ਦੇ ਨਾਲ ਕਤਲੇਆਮ ਕੀਤਾ ਗਿਆ ਸਿੱਖ ਭਾਈਚਾਰੇ ਦੇ ਅੰਦਰ ਬਹੁਤ ਜ਼ਿਆਦਾ ਆਕਰੋਸ਼ ਹੈਗਾ ਅੱਜ ਉਹਨਾਂ ਦੇ ਘਰ ਜਿਹੜੇ ਆ ਕਾਫ਼ੀ ਵੱਡੀ ਮਾਤਰਾ ਦੇ ਅੰਦਰ ਲੀਡਰ ਸਾਹਿਬਾਨ ਵੀ ਉੱਥੇ ਗਏ ਅਲੱਗ ਅਲੱਗ ਧਰਮਾਂ ਦੇ ਅਲੱਗ ਅਲੱਗ ਪਾਰਟੀ ਦੇ ਲੀਡਰ ਆਗੂ ਜਿਹੜੇ ਉੱਥੇ ਮੌਜੂਦ ਸੀਗੇ ਅਤੇ ਹਰ ਪੋਲੀਟੀਕਲ ਪਾਰਟੀ ਨੇ ਹਰ ਰਿਲੀਜਨ ਦੇ ਜਿਹੜੇ ਆਗੂ ਹੈਗੇ ਉਹਨਾਂ ਨੇ ਇਸ ਘਟਨਾ ਨੂੰ ਕਾਫ਼ੀ ਜ਼ਿਆਦਾ ਇਹਦਾ ਖੰਡਨ ਕੀਤਾ ਹੈ ਨਾਲ ਜਿਹੜਾ ਕ੍ਰਿਟੀਸਾਈਜ਼ ਕਰਕੇ ਮੈਸੇਜ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਇਹ ਤਸ਼ੱਦਦ ਜਿਹੜਾ ਹੈ ਲਗਾਤਾਰ ਪਿਛਲੇ ਕੁਛ ਮਹੀਨਿਆਂ ਤੋਂ ਬਾਅਦ ਲਗਾਤਾਰ ਵੱਧਦਾ ਜਾ ਰਿਹਾ ਇੰਦਰਜੀਤ ਜੀ ਕਿਵੇਂ ਦੇਖਦੇ ਹੋ ਮਹਿਲਾ ਪ੍ਰਿੰਸੀਪਲ ਨੂੰ ਆਈਡੈਂਟੀਫਾਈ ਕੀਤਾ ਗਿਆ ਸਿੱਖ ਧਰਮ ਦੀ ਮਹਿਲਾ ਸੀ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਕਿਉਂਕਿ ਤੁਸੀਂ ਭਾਰਤ ਦੀ ਆਜ਼ਾਦੀ ਦਾ ਝੰਡਾ ਇਸ ਦਿਨ ਲਹਿਰਾਇਆ ਸੀ ਗਣਤੰਤਰ ਦਿਵਸ ਦੇ ਉਪਲਕਸ਼ 'ਚ ਅਤੇ ਤਾਂ ਕਰਕੇ ਜਿਹੜਾ ਹੈ ਅਸੀਂ ਇਹਨਾਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਦੇ ਸੰਗਠਨ ਨੇ ਇਹ ਐਕਸਕਿਊਜ਼ ਇਹ ਰੀਜ਼ਨ ਦੇ ਕੇ ਇਹਨਾਂ ਦੇ ਉੱਤੇ ਇੰਨਾ ਤਸ਼ੱਦਦ ਢਾਇਆ ਗਿਆ ਜੀ ਵੀਰੇ ਜੀ ਆਪਾਂ ਲਗਾਤਾਰ ਵੇਖ ਰਹੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਮਿਊਨਿਟੀ ਕਮਿਊਨਿਟੀ ਦੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਮੈਂ ਜੇ ਗੱਲ ਕਰਾਂ ਤਾਂ 5 ਦਿਨਾਂ ਦੇ ਅੰਦਰ 7 ਟੀਚਰਸ ਨੂੰ ਜਿਹੜਾ ਹੈਗਾ ਉਹ ਮੋਦੀ ਘਾਟ ਉਤਾਰ ਦਿੱਤਾ ਗਿਆ ਹੈਗਾ ਆਤੰਕਵਾਦੀਆਂ ਦੇ ਵੱਲੋਂ
ਜਿਵੇਂ ਤੁਸੀਂ ਹੁਣ ਵੀ ਕਿਹਾ ਜਿਹਨਾਂ ਦੀ ਗੱਲ ਕਰ ਰਹੇ ਹੋ ਤਾਂ ਉਸ ਸਕੂਲ ਦੇ ਵਿੱਚ ਦੋ ਟੀਚਰ ਜਿਹੜੇ ਸਨ ਲੇਡੀਜ਼ ਟੀਚਰ ਦੋ ਟੀਚਰਸ ਨੂੰ ਜਿਹੜੇ ਆ ਮੋਦੀ ਕਾਰਡ ਉਤਾਰਿਆ ਗਿਆ ਇੱਕ ਸਿੱਖ ਧਰਮ ਦੇ ਨਾਲ ਸੰਬੰਧਿਤ ਸਨ ਤੇ ਦੂਜੇ ਹਿੰਦੂ ਧਰਮ ਦੇ ਨਾਲ ਸੰਬੰਧਿਤ ਸਨ ਪਰ ਇੱਕ ਗੱਲ ਸਾਫ਼ ਹੈ ਕਿ ਜਿਸ ਤਰ੍ਹਾਂ ਪਿਛਲੇ ਕੁਛ ਦਿਨਾਂ ਤੋਂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਲਗਾਤਾਰ ਇਸ ਦੇ ਵਿੱਚ ਇਜ਼ਾਫਾ ਹੋਇਆ ਕਿ ਮਹਿਜ਼ 5 ਦਿਨ ਦੇ ਵਿੱਚ 7 ਕਤਲ ਹੋ ਜਾਣੇ ਉਹ ਜੰਮੂ ਕਸ਼ਮੀਰ ਪੁਲਿਸ ਅਤੇ ਸਾਡੀ ਫੋਰਸ ਦੇ ਉੱਤੇ ਵੀ ਵੱਡੇ ਸਵਾਲ ਖੜੇ ਕਰਦੇ ਨੇ ਕਿ ਬੜੀ ਆਰਾਮ ਦੇ ਨਾਲ ਇਹ ਲੋਕ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਪਹੁੰਚ ਕੇ ਇੱਕ ਦਹਿਸ਼ਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨੂੰ ਜ਼ਰੂਰਤ ਹੈ ਕਿ ਥੋੜ੍ਹੀ ਜਿਹੀ ਸਖ਼ਤੀ ਜਿਹੜੀ ਹੈ ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਆਪਾਂ ਵੇਖਿਆ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਮਾਹੌਲ ਜਿਹੜਾ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਸਨ ਉਹਨਾਂ 'ਤੇ ਥੋੜ੍ਹਾ ਜਿਹਾ ਵਿਰਾਮ ਜਿਹੜਾ ਸੀ ਉਹ ਜ਼ਰੂਰ ਲੱਗਿਆ ਸੀ ਪਰ ਹੁਣ ਜਦੋਂ ਦੁਬਾਰਾ ਜੇ ਆਪਾਂ ਗੱਲ ਕਰੀਏ ਤਾਂ ਖਾਸ ਕਰਕੇ ਸਿੱਖਿਅਕ ਖੇਤਰ ਦੇ ਵਿੱਚ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ ਜਿਹੜੇ ਲੋਕ ਜਿਹਨਾਂ ਦੀ ਗਿਣਤੀ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਤੇ ਇਹੀ ਕਾਰਨ ਹੈ ਕਿ ਇੱਕ ਡਰ ਪੈਦਾ ਕੀਤਾ ਜਾ ਰਿਹਾ ਉਸ ਕਮਿਊਨਿਟੀ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਪਰ ਅਸੀਂ ਆਪਾਂ ਇਹ ਵੀ ਦੱਸਣਾ ਚਾਹੀਏ ਕਿ ਇਹ ਕੌਮ ਜਿਹੜੀ ਹੈ ਉਹ ਕੌਮ ਹੈ ਜਿਹੜੀ ਨੀਡਰ ਕੌਮ ਹੈ ਤੇ ਇੱਕ ਸਿੱਖ ਹੀ ਜਿਹੜਾ ਹੈਗਾ ਉਹ 1.25 ਲੱਖ ਦੇ ਬਰਾਬਰ ਹੁੰਦਾ ਹੈ ਤੇ ਆਪਾਂ ਆਸ ਜਤਾਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਮਾਹੌਲ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਜ਼ਰੂਰ ਵਾਪਸ ਲੀਹ ਤੇ ਆਊਗਾ ਤੇ ਖਾਸ ਕਰਕੇ ਫੋਰਸ ਨੂੰ ਥੋੜ੍ਹਾ ਜਿਹਾ ਹੋਰ ਸਖਤੀ ਵਰਤਣ ਦੀ ਲੋੜ ਹੈ ਕਿਉਂਕਿ ਆਪਾਂ ਵੇਖ ਪਾ ਰਹੇ ਕਿ ਐਨਕਾਊਂਟਰ ਜਿਹੜੇ ਨੇ ਉੱਥੇ ਲਗਾਤਾਰ ਹੋ ਰਹੇ ਨੇ ਆਤੰਕਵਾਦੀਆਂ ਦੇ ਪਰ ਘਟਨਾਵਾਂ ਜਿਹੜੀਆਂ ਨੇ ਉਹ ਨਹੀਂ ਰੁਕ ਰਹੀਆਂ ਮਹਿਜ 5 ਦਿਨ ਦੇ ਵਿੱਚ 7 ਕਤਲ ਜਿਹੜੇ ਹੁੰਦੇ ਨੇ ਉਹ ਜੰਮੂ ਕਸ਼ਮੀਰ ਪੁਲਿਸ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਸਾਡੀ ਫੋਰਸ ਲੱਗੀ ਹੋਈ ਹੈ ਉਹਨਾਂ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਮੈਂ ਇਹ ਕਹੂੰਗਾ ਕਿ ਚੈਲੰਜ ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਹੈਗਾ ਆਤੰਕਵਾਦੀਆਂ ਵੱਲੋਂ ਤੇ ਜ਼ਰੂਰਤ ਇਹੀ ਹੈ ਕਿਉਂਕਿ ਹੁਣ ਸਕੂਲ ਖੁੱਲ੍ਹੇ ਨੇ ਤਾਂ ਬੱਚਿਆਂ ਦਾ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ ਤੇ ਸਾਡੀ ਫੋਰਸ ਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਇਸ ਪ੍ਰਤੀ ਵੀ ਜਿਹੜਾ ਥੋੜ੍ਹਾ ਜਿਹਾ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ ਜੀ ਬਿਲਕੁਲ ਅਸੀਂ ਉਮੀਦ ਕਰਾਂਗੇ ਏਦਾਂ ਦੀ ਖ਼ਬਰਾਂ ਸਾਨੂੰ ਨਾ ਹੀ ਸੁਣਨ ਨੂੰ ਮਿਲੇ ਨਾ ਹੀ ਸਾਨੂੰ ਕੋਈ ਏਦਾਂ ਦਾ ਮੌਕਾ ਮਿਲੇ ਕਿ ਅਸੀਂ ਡਿਸਕਸ ਕਰੀਏ ਕਿਉਂਕਿ ਬੜਾ ਹਿਰਦੇ ਜਿਹੜਾ ਦੁਖਦਾਇਕ ਖ਼ਬਰ ਸੀਗੀ ਜਿਹੜਾ ਤਸ਼ੱਦਦ ਢਾਇਆ ਗਿਆ ਖਾਸ ਕਰਕੇ ਮਹਿਲਾ ਪ੍ਰਿੰਸੀਪਲ ਤੇ 2 ਟੀਚਰਸ ਜਿਹਨਾਂ ਨੂੰ ਕਿ ਆਪਣੀ ਜਾਨ ਗਵਾਉਣੀ ਪਈ ਤੇ ਨਾਲ ਹੀ ਹੁਣੇ ਹੀ ਦਰਸ਼ਕਾਂ ਨੂੰ ਮੁਖਾਤਿਬ ਕਰ ਲਈਏ ਕਿ ਇੱਕ ਤਾਜ਼ਾ ਖ਼ਬਰ ਆ ਰਹੀ ਹੈ ਆਸ਼ੀਸ਼ ਮਿਸ਼ਰਾ ਅਜੇ ਮਿਸ਼ਰਾ ਦੇ ਬੇਟੇ ਜਿਹੜੇ ਆ ਉਹਨਾਂ ਨੂੰ ਕੱਲ੍ਹ ਯੂਪੀ ਪੁਲਿਸ ਨੇ 11 ਵਜੇ ਲਖੀਮਪੁਰ ਥਾਣੇ 'ਤੇ ਤਲਬ ਹੋਣੇ ਵਾਸਤੇ ਜਿਹੜਾ ਕਿਹਾ ਹੈ ਆਰਡਰ ਪਾਸ ਕਰ ਦਿੱਤਾ ਗਿਆ ਹੈ ਇਸ ਸਾਰੀ ਜਿਹੜਾ ਘਟਨਾਕ੍ਰਮ ਅਸੀਂ ਵੇਖ ਸਕਦੇ ਹਾਂ ਕਿ ਯੋਗੀ ਆਦਿੱਤਿਆਨਾਥ ਨੇ ਸਟੇਟਮੈਂਟ ਦਿੱਤੀ ਜਿੱਥੇ ਕਿ ਉਹਨਾਂ ਨੇ ਖਾਸ ਕਿਹਾ ਕਿ ਉਹ ਦੋਸ਼ੀ ਚਾਹੇ ਕੋਈ ਵੀ ਹੋ ਚਾਹੇ ਵੱਡੇ ਵਿਧਾਇਕ ਹੋ ਜਾਂ ਕੋਈ ਲੀਡਰ ਹੋ ਸਾਰਿਆਂ ਨਾਲ ਜਿਹੜਾ ਹੈ ਲਾਅ ਵਿਲ ਪ੍ਰਿਵੇਲ ਤੇ ਨਾਲ ਜਿਹੜੀ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਕਿਤੇ ਨਾ ਕਿਤੇ ਯੂਪੀ ਸਰਕਾਰ ਯੂਪੀ ਪੁਲਿਸ ਜਿਹੜੀ ਹੈ ਉਹ ਹਰਕਤ 'ਚ ਦਿਖਾਈ ਜਿਹੜੀ ਹੈ ਜ਼ਰੂਰ ਦੇ ਰਹੀ ਹੈ ਤੇ ਨਾਲ ਹੀ ਗੱਲ ਕਰਦੇ ਹਾਂ ਫਰੋਮ ਦਾ ਵਰਲਡ ਆਫ ਬਿਜ਼ਨਸ ਬਹੁਤ ਵੱਡੀ ਡਿਵੈਲਪਮੈਂਟ ਹੈਗੀ ਹੈ ਬਿਜ਼ਨਸ ਨਿਊਜ਼ ਹੈਗੀ ਹੈ ਟਾਟਾਜ਼ ਨੇ ਏਅਰ ਇੰਡੀਆ ਨੂੰ ਟੇਕ ਓਵਰ ਕਰ ਲਿਆ ਇਹ ਪੂਰਾ ਟੇਕ ਓਵਰ ਜਿਹੜਾ ਹੈਗਾ ਦਸੰਬਰ 2021 ਤੱਕ ਜਿਹੜਾ ਹੈ ਅਗਲੇ 2 ਮਹੀਨਿਆਂ ਦੇ ਅੰਦਰ ਜਾਂ 2-3 ਮਹੀਨਿਆਂ ਦੇ ਅੰਦਰ ਜਿਹੜਾ ਇਹ ਖਤਮ ਹੋ ਜਾਏਗਾ ਅਤੇ ਇਹ ਬੜਾ ਨੋਸਟੈਲਜਿਕ ਮੂਮੈਂਟ ਹੈਗਾ ਖਾਸ ਕਰਕੇ ਰਤਨ ਟਾਟਾ ਲਈ ਰਤਨ ਟਾਟਾ ਜੀ ਨੇ ਟਵੀਟ ਕਰਕੇ ਕਿਹਾ ਹੈ ਵੈਲਕਮ ਬੈਕ ਏਅਰ ਇੰਡੀਆ ਕੀ ਮਾਇਨੇ ਨੇ ਇਹਦੇ ਉਹਦਾ ਕਿਉਂਕਿ ਏਅਰ ਇੰਡੀਆ ਵੈਲਕਮ ਬੈਕ ਦਾ ਮਤਲਬ ਹੈਗਾ 1932 ਦੇ ਅੰਦਰ ਜਿਹੜੀ ਹੈ ਇਹ ਏਅਰ ਇੰਡੀਆ ਸੀਗੀ ਪਹਿਲੇ ਟਾਟਾ ਏਅਰਲਾਈਨਸ ਹੁੰਦੀ ਸੀ 1932 'ਚ ਟਾਟਾਜ਼ ਨੇ JRD ਟਾਟਾ ਨੇ ਸ਼ੁਰੂ ਕੀਤੀ ਸੀ ਇਹਦਾ ਨਾਂ ਰੱਖਿਆ ਗਿਆ ਸੀ ਟਾਟਾ ਏਅਰਲਾਈਨਸ 1932 ਤੋਂ ਲੈ ਕੇ 20 ਸਾਲ ਤੱਕ ਆਜ਼ਾਦੀ ਦਾ ਭਾਰਤ ਦੀ ਉੱਥੇ ਇੰਡੀਪੈਂਡੈਂਸ ਵੀ ਹੋਈ ਹੈ ਭਾਰਤ ਪਾਕਿਸਤਾਨ ਉਸ ਟਾਈਮ ਅਲੱਗ ਵੀ ਹੋਈ ਹੈ 1947 ਉਸ ਤੋਂ ਬਾਅਦ 1952 ਤੱਕ ਜਿਹੜੀ ਹੈ ਇਹ ਟਾਟਾ ਏਅਰਲਾਈਨਸ ਆਪਰੇਟ ਕੀਤੀ ਅਤੇ 1952 ਦੇ ਅੰਦਰ ਜਿਹੜੀ ਟਾਟਾਸ ਨੇ ਆਪਣੀ ਏਅਰਲਾਈਨ ਇਹ ਫਾਈਨਲੀ ਵੇਚ ਦਿੱਤੀ ਸੀ ਅਤੇ 1952 ਦੇ ਬਾਅਦ ਤੁਸੀਂ ਇਹ ਦੇਖੋ 2021 'ਚ ਆਪਾਂ ਹੈਗੇ ਆ ਅਤੇ ਤਕਰੀਬਨ 68 ਆਫਟਰ 68 ਈਅਰਸ ਟਾਟਾਸ ਆਰ ਐਕਚੁਲੀ ਗੈਟਿੰਗ ਦਾ ਏਅਰਲਾਈਨ ਸਟਾਰਟਡ ਬਾਈ JRD ਟਾਟਾ ਬੈਕ ਇਨ ਦੇਅਰ ਕਿਟੀ ਸੋ ਬਿਗ ਮੂਮੈਂਟ ਫੋਰ ਰਤਨ ਟਾਟਾ ਕਾਫ਼ੀ ਖੁਸ਼ ਨਜ਼ਰ ਆ ਰਹੇ ਸੀ ਅਤੇ ਨਾਲ ਹੀ ਜਿਹੜਾ ਹੈ ਕਿਉਂਕਿ ਜਿਹੜੇ ਪੈਸੈਂਜਰਸ ਹੈਗੇ ਆ ਉਹਨਾਂ ਵਾਸਤੇ ਕਿਉਂਕਿ ਏਅਰ ਇੰਡੀਆ ਦੀ ਸਰਵਿਸਿਜ਼ ਨਾਲ ਜਿਹੜੇ ਪੈਸੈਂਜਰ ਸੀਗੇ ਆ ਜਿਹੜੇ ਕਸਟਮਰ ਸੀਗੇ ਉਹ ਇੰਨੇ ਜ਼ਿਆਦਾ ਸੈਟਿਸਫਾਈਡ ਨਹੀਂ ਹੈਗੇ ਆ ਕਿਤੇ ਨਾ ਕਿਤੇ ਕਿਉਂਕਿ ਟਾਟਾਜ਼ ਦੇ ਆਲਰੇਡੀ ਰਨ ਵਿਸਤਾਰਾ ਏਅਰਲਾਈਨਸ ਉਹਨਾਂ ਦਾ ਇੱਕ ਐਕਸਪੀਰੀਅੰਸ ਵੀ ਹੈਗਾ ਕਿਤੇ ਨਾ ਕਿਤੇ ਉਮੀਦ ਹੈਗੀ ਆ ਟਾਟਾਜ਼ ਦੇ ਸਟੈਂਡ ਫੋਰ ਦੇਅਰ ਬ੍ਰਾਂਡ ਦੇ ਸਟੈਂਡ ਫੋਰ ਦੇਅਰ ਐਥਿਕਸ ਦੇ ਸਟੈਂਡ ਫੋਰ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਇੱਕ ਉਮੀਦ ਹੈਗੀ ਹੈ ਕਸਟਮਰਸ ਦੀ ਪੈਸੈਂਜਰਸ ਦੀ ਕਿਤੇ ਨਾ ਕਿਤੇ ਜਿਹੜੀ ਹੈ ਇਹ ਸਾਰਾ ਦਾ ਸਾਰਾ ਜਿਹੜੀ ਏਅਰਲਾਈਨਸ ਏਅਰ ਇੰਡੀਆ ਕਿਉਂਕਿ ਕਾਫ਼ੀ ਵੱਡਾ ਸੈੱਟ ਹੈਗਾ ਕੁਛ ਨਾ ਕੁਛ ਜਿਹੜਾ ਹੈ ਚੇਂਜਿਸ ਜ਼ਰੂਰ ਆਉਣਗੇ ਅਤੇ ਖਾਸ ਕਰਕੇ ਪੈਸੈਂਜਰਸ ਨੂੰ ਕਾਫ਼ੀ ਪੋਜ਼ਿਟਿਵਲੀ ਇੰਪੈਕਟ ਕਰਨ ਦੇ ਇੰਦਰਜੀਤ ਜੀ ਕੀ ਟਿੱਪਣੀ ਕਰੋਗੇ
ਬਿਲਕੁਲ ਵਿਨੇ ਜੀ, ਕਿਉਂਕਿ ਲਗਭਗ 18 ਸਾਲ ਬਾਅਦ ਟਾਟਾ ਨੂੰ ਏਅਰ ਇੰਡੀਆ ਵਾਪਸ ਮਿਲਿਆ ਹੈ, ਕਿਉਂਕਿ ਆਪਾਂ ਪਹਿਲਾਂ ਵੀ ਵੇਖਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਲਗਭਗ ਮੇਰੇ ਵੀ 5 ਤੋਂ 7 ਦਿਨ ਪਹਿਲਾਂ ਇਹ ਚਰਚਾ ਸੀ ਕਿ ਟਾਟਾ ਦੇ ਕੋਲ ਜਿਹੜਾ ਉਹ ਏਅਰ ਇੰਡੀਆ ਵਾਪਸ ਆ ਗਿਆ, ਪਰ ਉਸ ਸਮੇਂ ਜਿਹੜਾ ਕੇਂਦਰੀ ਮੰਤਰੀ ਵੱਲੋਂ ਜਿਹੜਾ ਬਿਆਨ ਆਇਆ ਸੀ ਖਾਸ ਕਰਕੇ ਉਸ ਕਿ ਅਜੇ ਇਸ ਤਰ੍ਹਾਂ ਦੇ ਕੋਈ ਡਿਸੀਜਨ ਨਹੀਂ ਹੋਇਆ, ਪਰ ਅੱਜ ਫਾਈਨਲੀ ਜਿਹੜਾ ਹੈਗਾ ਇਸ 'ਤੇ ਜਿਹੜੀ ਆ ਉਹ ਸਹਿਮਤੀ ਬਣ ਚੁੱਕੀ ਆ। ਉਹਨਾਂ ਦੀ ਜਿਹੜੀ ਬੋਲੀ ਸੀ ਸਾਰਿਆਂ ਨਾਲੋਂ ਵੱਡੀ ਬੋਲੀ ਸੀ, ਅਤੇ ਹੁਣ ਟਾਟਾ ਜਿਹੜੀ ਹੈ ਉਹ ਏਅਰ ਇੰਡੀਆ ਦੀ ਬਣ ਗਈ ਹੈ। ਅਤੇ ਆਪਾਂ ਜਿਵੇਂ ਤੁਸੀਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਆਪਾਂ ਵੇਖ ਪਾ ਰਹੇ ਸੀ ਕਿ ਏਅਰ ਇੰਡੀਆ ਦੇ ਵਿੱਚ ਗਿਰਾਵਟ ਜਿਹੜੀ ਸੀ ਉਹ ਲਗਾਤਾਰ ਵੇਖਣ ਨੂੰ ਮਿਲ ਰਹੀ ਸੀ, ਪੈਸੰਜਰ ਜਿਹੜਾ ਸੀ, ਯਾਤਰੀ ਜਿਹੜਾ ਸੀ ਉਹ ਏਅਰ ਇੰਡੀਆ ਤੋਂ ਟੁੱਟਦਾ ਹੋਇਆ ਨਜ਼ਰ ਆ ਰਿਹਾ ਸੀ। ਚਲੋ ਹੁਣ ਉਮੀਦ ਹੈ ਕਿ ਟਾਟਾ ਦੇ ਵਿੱਚ ਵਾਪਸ ਸ਼ਾਮਿਲ ਹੋਣ ਤੋਂ ਬਾਅਦ ਜੋ ਸਹੂਲਤਾਂ ਵਾ ਦੂਜੀਆਂ ਏਅਰਲਾਈਨਸ ਦੇ ਰਹੀਆਂ ਸਨ ਉਹ ਹੁਣ ਏਅਰ ਇੰਡੀਆ ਦੇ ਵਿੱਚ ਵੀ ਆਪਾਂ ਵੇਖ ਪਾਵਾਂਗੇ, ਤੇ ਜਲਦ ਜਿਹੜਾ ਹੈਗਾ ਇਸਦਾ ਰੂਪ ਜਿਹੜਾ, ਕਿਉਂਕਿ ਤੁਸੀਂ ਦੱਸਿਆ ਕਿ 2 ਦਸੰਬਰ 2021 ਤੱਕ ਇਹ ਪੂਰਨ ਤੌਰ ਤੇ ਜਿਹੜਾ ਏਅਰ ਇੰਡੀਆ ਜਿਹੜਾ ਉਹ ਟਾਟਾ ਦਾ ਹੋ ਜਾਵੇਗਾ। ਤੇ ਉਮੀਦ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੇਖਾਂਗੇ ਕਿ ਉਹਨਾਂ ਦੀ ਸਹੂਲਤਾਂ ਵਾਲੇ ਵਿੱਚ ਜਿਹੜੀ ਉਹ ਚੇਂਜਿੰਗ ਆਏਗੀ, ਕਿਉਂਕਿ ਟਾਟਾ ਹਮੇਸ਼ਾ ਇੱਕ ਅਜਿਹਾ ਬ੍ਰਾਂਡ ਹੈ ਜੋ ਆਪਣੇ ਕਸਟਮਰਸ ਨੂੰ ਵਧੀਆ ਸਰਵਿਸ ਜਿਹੜੀ ਹੈ ਉਹ ਕਿਸੇ ਵੀ ਖੇਤਰ ਦੇ ਵਿੱਚ ਦੇਣ ਦੀ ਜਿਹੜੀ ਹੈ ਪਹਿਲਕਦਮੀ ਉਹ ਜ਼ਰੂਰ ਕਰਦਾ। ਜੀ ਵੀਰੇ ਜੀ, ਤੇ ਨਾਲ ਹੀ ਉਮੀਦ ਕਰਾਂਗੇ ਕਿ ਕੁਛ ਨਵੇਂ ਰੂਟਸ ਵੀ ਜਿਹੜੇ ਆ ਉਹਦੇ 'ਚ ਫੇਰਬਦਲ ਜ਼ਰੂਰ ਹੋਏ, ਖਾਸ ਕਰਕੇ ਕੈਨੇਡਾ ਨੂੰ ਲੈ ਕੇ ਕੈਨੇਡੀਅਨਸ ਵਾਸਤੇ ਜਿਹੜੀ ਹੈ ਕੁਛ ਡਾਇਰੈਕਟ ਫਲਾਈਟਸ ਦੀ ਹੋਰ ਜ਼ਿਆਦਾ ਆਪਸ਼ਨਸ ਟਾਟਾਜ਼ ਵੱਲੋਂ ਦਿੱਤੀ ਜਾਣਗੀ, ਤਾਂ ਉਹ ਬਹੁਤ ਵਧੀਆ ਹੋਏਗਾ ਸਾਰਿਆਂ ਵਾਸਤੇ, ਕਿਉਂਕਿ US ਵਾਸਤੇ ਤਾਂ ਏਅਰ ਇੰਡੀਆ ਅਤੇ US ਜਾਂ ਯੂਰੋਪ ਵਾਸਤੇ ਤਾਂ ਏਅਰ ਇੰਡੀਆ ਦੀ ਕੋਈ ਡਾਇਰੈਕਟ ਫਲਾਈਟਸ ਹੈਗੀਆਂ ਨੇ, ਪਰ ਕੈਨੇਡਾ ਵਾਸਤੇ ਜਿਹੜੀ ਡਾਇਰੈਕਟ ਫਲਾਈਟ ਏਅਰ ਇੰਡੀਆ, ਹਾਲਾਂਕਿ ਹੁਣ ਅਸੀਂ 2-3 ਮਹੀਨੇ ਬਾਅਦ ਉਹਨੂੰ ਏਅਰ ਇੰਡੀਆ ਰੈਫਰ ਨਹੀਂ ਕਰਾਂਗੇ, ਮੇ ਬੀ ਟਾਟਾਜ਼ ਨੂੰ ਟਾਟਾ ਏਅਰਲਾਈਨਸ ਕਹਿਣਗੇ ਜਾਂ ਜੋ ਵੀ ਹੈ ਉਹ ਆਉਣ ਵਾਲੇ 2-3 ਮਹੀਨੇ ਹੀ ਦੱਸਣਗੇ, ਪਰ ਕਿਤੇ ਨਾ ਕਿਤੇ ਉਮੀਦ ਹੈਗੀ ਹੈ ਪ੍ਰੋਫੈਸ਼ਨਲਿਜ਼ਮ ਦੀ ਅਤੇ ਸਰਵਿਸ ਕੁਆਲਿਟੀ ਜਿਹੜੀ ਹੈ ਉਹ ਹੋਰ ਜ਼ਿਆਦਾ ਵਧੇਗੀ। ਅਤੇ ਨਾਲ ਹੀ ਵਾਈ ਮੀਡੀਆ ਦੀ ਟੀਮ ਜਿਹੜੀ ਹੈ ਲਗਾਤਾਰ ਖਾਸ ਕਰਕੇ ਪੋਲੀਟੀਕਲ ਜਿੰਨੇ ਵੀ ਡਿਵੈਲਪਮੈਂਟਸ ਹੋ ਰਹੀ ਹੈ ਖਾਸ ਕਰਕੇ ਲਖੀਮਪੁਰ ਖੇੜੀ ਨੂੰ ਲੈ ਕੇ, ਕੱਲ੍ਹ ਕੀ ਹੁੰਦਾ ਆਸ਼ੀਸ਼ ਮਿਸ਼ਰਾ ਜਿਹੜੇ ਉੱਥੇ ਉਹਨਾਂ ਨੂੰ ਤਲਬ ਤਾਂ ਕੀਤਾ ਗਿਆ ਕਿ ਉਹ ਪਰਸਨਲੀ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਆ ਜਾਂ ਨਹੀਂ ਕਰਦੇ ਆ, ਵਾਈ ਮੀਡੀਆ ਦੀ ਟੀਮ ਦੀ ਜਿਹੜੀ ਤਿੱਖੀ ਨਜ਼ਰ ਹੈ ਲਗਾਤਾਰ ਇਹਨਾਂ ਘਟਨਾਕ੍ਰਮ ਦੇ ਉੱਤੇ ਬਣੀ ਹੋਈ ਹੈ। ਫਿਲਹਾਲ ਸਾਨੂੰ ਦੋ ਇਜਾਜ਼ਤ। ਇੰਦਰਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸ਼ਿਰਕਤ ਕਰਦੇ ਹੋ, ਬੜੇ ਵੈਲਿਊਬਲ ਤੁਹਾਡੇ ਕਮੈਂਟਸ ਹੁੰਦੇ ਆ ਜੀ। ਵਿਨੇ ਜੀ ਧੰਨਵਾਦ ਬਹੁਤ ਬਹੁਤ। ਤੇ ਦਰਸ਼ਕੋ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕਰਫਿਊ ਅਸੀਂ ਮਿਲਾਂਗੇ ਇਹੀ ਵੇਲਾ ਇਹੀ ਟਾਈਮ। ਬਹੁਤ ਧੰਨਵਾਦ। A South Asian Canadian channel.